ਮੈਂ ਆਪਣਾ ਨਾਂ ਕੀ ਹੈ ਪਹਿਲਾਂ ਤਾਂ ਨਾਂ ਦੱਸੋ ਤੇ ਅੱਜ ਇਸ ਤਰ੍ਹਾਂ ਦੇ ਕਿਵੇਂ ਹਾਲਾਤ ਪੈਦਾ ਹੋ ਗਏ ਕਿ ਜਿਹੜਾ ਬੋਰਡ ਦਾ ਗੇਟ ਵੀ ਬੰਦ ਕਰਨਾ ਪੈ ਗਿਆ ਇਸ ਬਾਰੇ ਕੀ ਕਹੋਗੇ ਮੇਰਾ ਨਾਮ ਹਰਪ੍ਰੀਤ ਕੌਰ ਹੈ ਸਾਨੂੰ 50 ਦਿਨ ਹੋ ਗਏ ਇੱਥੇ ਬੈਠੇ ਨੂੰ ਸਰਕਾਰ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਸਰਕਾਰ ਨੇ ਮੀਟਿੰਗਾਂ ਦੇ ਵਿੱਚ ਕਿਹਾ ਕਿ ਤੁਹਾਡਾ ਹੱਲ ਕਰ ਦਿੱਤਾ ਗਿਆ ਵਿਭਾਗੀ ਪੋਸਟ ਬਣਾ ਦਿੱਤੀ ਗਈ ਆ ਤੇ ਤੁਹਾਡਾ ਕੈਬਨਿਟ ਦੀ ਮੀਟਿੰਗ 'ਚ ਮਤਾ ਪਾ ਕੇ ਹੱਲ ਕਰ ਦਿੱਤਾ ਜਾਏਗਾ ਅੱਜ 50 ਦਿਨ ਹੋ ਗਏ ਹਰ ਬੁੱਧਵਾਰ ਦਾ ਲਾਰਾ ਲਾਇਆ ਗਿਆ ਸੀਗਾ ਹਰ ਬੁੱਧਵਾਰ ਦਾ ਕਹਿ ਕੇ ਟਾਈਮ ਟਪਾ ਦਿੰਦੇ ਸੀਗੇ ਇਸ ਕਰਕੇ ਅੱਜ ਦੋਨੋਂ ਗੇਟ ਬੰਦ ਕਰ ਦਿੱਤੇ ਗਏ ਆ ਜਿੰਨੀ ਦੇਰ ਤੱਕ ਕੈਬਨਿਟ ਦੀ ਮੀਟਿੰਗ 'ਚ ਸਾਡਾ ਹੱਲ ਨਹੀਂ ਹੁੰਦਾ ਅਣ ਮਿੱਥੇ ਸਮੇਂ ਲਈ ਗੇਟ ਬੰਦ ਕੀਤੇ ਜਾਣਗੇ ਇਸ ਤੋਂ ਬਾਅਦ ਵੀ ਜੇ ਸਰਕਾਰ ਟਸ ਤੋਂ ਮਸ ਨਹੀਂ ਹੁੰਦੀ ਇਹਦੇ ਕੈਬਨਿਟ ਮੰਤਰੀਆਂ ਦੇ ਜਿਹੜੇ ਘਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ ਜੇ ਉਹਨਾਂ ਨੇ ਕੰਮ ਨਹੀਂ ਕਰਨਾ ਤਾਂ ਉਹਨਾਂ ਨੂੰ ਘਰੋਂ ਨਿਕਲਣਾ ਹੀ ਨਹੀਂ ਚਾਹੀਦਾ ਦੂਜੀ ਗੱਲ ਇਹਨਾਂ ਦੇ ਕੈਪਟਨ ਸਾਹਿਬ ਨੇ ਇੱਕ ਵਾਅਦਾ ਕੀਤਾ ਸੀ 4.5 ਸਾਲ ਪਹਿਲਾਂ ਵੀ ਸਾਡਾ ਇੱਥੇ ਧਰਨਾ ਲੱਗਾ ਸੀ ਮੋਹਾਲੀ ਵਿੱਚ ਉਹਨਾਂ ਨੇ ਕਿਹਾ ਸੀ ਜਿੰਨੀ ਤੁਹਾਡੀ ਤਨਖਾਹ ਇਸ ਤੋਂ ਜ਼ਿਆਦਾ ਮੇਰੀ ਮਾਲੀ ਤਨਖਾਹ ਲੈਂਦਾ ਤੇ ਮੈਂ ਪਹਿਲੀ ਕੈਬਨਿਟ 'ਚ ਤੁਹਾਡਾ ਹੱਲ ਕਰਾਂਗਾ ਅੱਜ ਉਹੀ ਕੈਬਨਿਟ ਕੈਪਟਨ ਸਾਹਿਬ ਨੇ ਅੱਜ ਬੁੱਧਵਾਰ ਦਾ ਲਾਰਾ ਲਾਇਆ ਸੀ ਕਈ ਬੁੱਧਵਾਰ ਚੱਲ ਗਏ ਅਜੇ ਤੱਕ ਸਾਡਾ ਹੱਲ ਨਹੀਂ ਹੋਇਆ ਇਸ ਤੋਂ ਬਾਅਦ ਅਸੀਂ ਗੁਪਤ ਐਕਸ਼ਨ ਕਰਾਂਗੇ 9 ਤਰੀਕ ਨੂੰ ਪਟਿਆਲਾ 'ਚ ਰੈਲੀ ਰੱਖੀ ਗਈ ਅਸੀਂ ਮੋਤੀ ਨਾਲ ਵੜਾਂਗੇ ਤੇ ਸਰਕਾਰ ਨੂੰ ਚੀਕਾਂ ਗੜਾਵਾਂਗੇ ਤੇ ਜਿਹੜੇ ਇੱਕ ਬੋਰਡ ਦਾ ਗੇਟ ਬੰਦ ਕੀਤਾ ਮੇਨ ਗੇਟ ਬੰਦ ਕੀਤਾ ਕਿਆ ਕੁਝ ਮੁਲਾਜ਼ਮ ਅੰਦਰ ਗਏ ਆ ਨਹੀਂ ਗਏ ਆ ਉਹਦੇ ਬਾਰੇ ਕੁਝ ਕਹੋਗੇ ਨਹੀਂ ਸਵੇਰ ਤੋਂ ਅਸੀਂ ਗੇਟ ਬੰਦ ਕਰਤਾ ਸੀ ਮੁਲਾਜ਼ਮ ਅੰਦਰ ਨਹੀਂ ਜਾਣ ਦਿੱਤੇ ਮੁਲਾਜ਼ਮਾਂ ਨੂੰ ਵੀ ਅਸੀਂ ਆਪਣਾ ਵਾਰਤਾਲਾਪ ਸੁਣਾਇਆ ਉਹ ਸਾਡਾ ਐਗਰੀ ਹੋਇਆ ਕਿ 18 ਸਾਲਾਂ ਤੋਂ ਹੀ 6000 ਤੇ ਕੰਮ ਕਰਦੇ ਤੇ ਸਾਡਾ ਸ਼ੋਸ਼ਣ ਹੁੰਦਾ ਆ ਬਿਲਕੁਲ ਸਾਡੇ ਨਾਲ ਖੜੇ ਆ ਤੇ ਅਸੀਂ ਓਨੀ ਦੇਰ ਤੱਕ ਇੱਥੇ ਡਟੇ ਰਹਾਂਗੇ ਜਿੰਨਾ ਟਾਈਮ ਤੱਕ ਸਾਡੇ ਹੱਕ ਨਹੀਂ ਮਿਲਦੇ ਤੋ ਅੱਥੇ ਜਿਹੜੀ ਬਹੁਤ ਜ਼ਿਆਦਾ ਤਦਾਦ ਚ ਪੁਲਿਸ ਵੀ ਲੱਗੀ ਹੈ ਪੁਲਿਸ ਨੇ ਕੋਈ ਧੱਕਾ ਉਸ ਟਾਈਮ ਕਰਨ ਦੀ ਕੋਈ ਕੋਸ਼ਿਸ਼ ਕੀਤੀ ਹੈ ਪੁਲਿਸ ਨੇ ਸਵੇਰੇ ਬਹੁਤ ਧੱਕਾ ਮੁੱਕੀ ਕੀਤੀ ਆ ਕੁੜੀਆਂ ਦੇ ਕੱਪੜੇ ਫਾੜੇ ਗਏ ਬਠਿੰਡਾ ਦੀ ਕੁੜੀ ਸੀ ਰਤਨ ਜਿਹੜੇ ਕੱਪੜੇ ਪਾੜ ਦਿੱਤੇ ਗਏ ਸੇਫਟੀ ਪਿੰਨ ਉਹਦੇ ਕੱਪੜੇ ਕੱਪੜਿਆਂ ਤੇ ਲਾਈ ਗਈ ਸਰਕਾਰ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਅੱਜ ਸਰਕਾਰ ਨੇ ਅਸੀਂ ਕਹਿ ਦਈਏ ਚਾਹੇ ਸਾਨੂੰ ਗੋਲੀ ਮਾਰ ਦੇ ਪਰ